ਉੱਥੋਂ ਮੈਂ ਕੋਠੇ ਤੇ ਰਹਿਣੀ ਆ ਤੇ ਮੁੰਡਾ ਗਿਆ ਉੱਤੇ ਕਹਿੰਦਾ ਵੱਡੀ ਮੰਮਾ ਪਾਪਾ ਨੇ ਮਾਰਤਾ ਮੰਮਾ ਨੂੰ ਦਾਤਰ ਨਾਲ ਜਦੋਂ ਥੱਲੇ ਆਈ ਮੈਂ ਤੇ ਉਦੋਂ ਨੂੰ ਮਾਰ ਕੇ ਦੌੜੇ ਪੈ ਗਿਆ ਨਹੀਂ ਪਾਲੂੰਗੀ ਮੈਂ ਆਪ ਲੋਕਾਂ ਦੇ ਘਰ ਦਾ ਕੰਮ ਕਰਦੀ ਹਾਂ ਸਿਮਰਨ ਕੌਰ ਉਹਦਾ ਕਿਸੇ ਬੰਟੀ ਨਾਂ ਦੇ ਬੰਦੇ ਨਾਲ ਵੀ ਅਫੇਅਰ ਚੱਲ ਰਿਹਾ ਸੀ ਉਸ ਤੋਂ ਕੁਛ ਇਹਨਾਂ ਦਾ ਆਪਸ ਵਿੱਚ ਕਨਫਲਿਕਟ ਸੀ ਉਹਦੇ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ ਮੇ ਬੀ ਇਹ ਪੈਰੋਲ ਤੇ ਆਇਆ ਹੋਇਆ ਸੀਗਾ ਤੇ ਕੀ ਗੱਲ ਬਦ ਗਈ ਹੋਈ ਹੈ ਪਤਾ ਨੀ ਇਹਦੇ ਦੋਵਾਂ ਜੀਆਂ ਦਾ ਝਗੜਾ ਹੀ ਹੋਇਆ ਸੀ ਤੇ ਉੱਥੋਂ ਮੈਂ ਕੋਠੇ ਤੇ ਰਹਿੰਦੀ ਹਾਂ ਤੇ ਮੁੰਡਾ ਗਿਆ ਉੱਤੇ ਕਹਿੰਦਾ ਵੱਡੀ ਮੰਮਾ ਪਾਪਾ ਨੇ ਮਾਰਤਾ ਮੰਮਾ ਨੂੰ ਦਾਤਰ ਨਾਲ ਜਦੋਂ ਥੱਲੇ ਆਈ ਮੈਂ ਤੇ ਉਦੋਂ ਨੂੰ ਮਾਰ ਕੇ ਦੌੜੇ ਪੈ ਗਿਆ ਇਹ ਕਿੰਨੇ ਚਿਰ ਹੋ ਗਿਆ ਸੀ ਪਹਿਲਾਂ ਇੱਥੇ ਇੱਕ ਆਏ ਨੂੰ ਕਿਤੇ ਬਾਹਰੋਂ ਆਇਆ ਨਾ ਹੋਇਆ ਇਹਦੇ ਕਿੱਥੋਂ ਆਇਆ ਕਿੱਥੋਂ ਹੈ ਜੇਲ੍ਹ 'ਚ ਰਹਿੰਦਾ ਹੈ ਜੀ ਜਿੱਥੇ ਜੇਲ੍ਹ ਕਿਹੜੀ ਜੋ ਅੰਮ੍ਰਿਤਸਰ ਅੱਛਾ ਅੰਮ੍ਰਿਤਸਰ ਜੇਲ੍ਹ ਰਹਿੰਦਾ ਹੈ ਪਹਿਲਾਂ ਵੀ ਕੁਛ ਸਜ਼ਾ ਭੁਗਤਦਾ ਪਿਆ ਹਾਂਜੀ ਜਿਸ ਤਰ੍ਹਾਂ ਇਹਨੇ ਕਤਲ ਕਿੱਥੋਂ ਦਾਤਰ ਲਿਆ ਕਿਸ ਤਰ੍ਹਾਂ ਮਾਰਿਆ ਪਤਾ ਨੀ ਨਾ ਇਹ ਤੇ ਥੱਲੇ ਹੀ ਮੈਂ ਤੇ ਬਾਅਦ 'ਚ ਆਈ ਮੁੰਡੇ ਨੇ ਵੇਖਿਆ ਸੀ ਇਹ ਮੁੰਡਾ ਤੁਹਾਡੇ ਉਹਨਾਂ ਦਾ ਹਾਂਜੀ ਉਹਨਾਂ ਦਾ ਇੱਕੋ ਇੱਕ ਬੱਚਾ ਵਾ ਹਾਂਜੀ ਕਿੰਨੀ ਉਮਰ ਇਹਦੀ ਇਹਨੂੰ 7 ਸਾਲ ਲੱਗਿਆ ਸਾਢੇ 5 ਸਾਲ ਦਾ ਹੋਇਆ ਸੀ ਜੋ ਇਹ ਕਾਰਿਆ ਕੀਤਾ ਗਿਆ ਉਹਦੇ ਵੱਲੋਂ ਸਜ਼ਾ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਬੱਚਾ ਰਹਿ ਕੇ ਨਹੀਂ ਪਾਲੂੰਗੀ ਮੈਂ ਆਪ ਲੋਕਾਂ ਦੇ ਘਰ ਦਾ ਕੰਮ ਕਰਦੀ ਹਾਂ ਝਗੜਾ ਹੋਣ ਡਿਆ ਕਿਸੇ ਨਾਲ ਗੱਲ ਬਾਤ ਹੀ ਕਰੇ ਤੇ ਉਹ ਠਾਕਦਾ ਹੋਊਗਾ ਉਹਦੇ ਤੋਂ ਲੱਗੇ ਇਹਦੀ ਲੜਾਈ ਕੱਲ ਬੀਤੀ ਰਾਤ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਸਿਮਰਨ ਕੌਰ ਨਾਮ ਦੀ ਲੇਡੀ ਦਾ ਉਸਦਾ ਕਤਲ ਹੋ ਗਿਆ ਅਤੇ ਜਦੋਂ ਅਸੀਂ ਅੱਜ ਮੌਕੇ 'ਤੇ ਪੁੱਜੇ ਹਾਂ ਸੁਬਹਾ ਅਤੇ ਦੇਖਿਆ ਉੱਥੇ ਉਹਦਾ ਘਰ ਵਾਲੇ ਦਾ ਨਾਂ ਸੀ ਬਲਜਿੰਦਰ ਸਿੰਘ ਜੋ ਘਰ ਵਾਲਿਆਂ ਨੇ ਸਾਨੂੰ ਉਹਦਾ ਨਾਂ ਦੱਸਿਆ ਬਲਜਿੰਦਰ ਸਿੰਘ ਜੋ ਪਹਿਲੇ ਹੀ ਕਿਸੇ ਕਤਲ ਦੇ ਕੇਸ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸੀ ਅਤੇ ਮੇ ਬੀ ਇਹ ਪੈਰੋਲ 'ਤੇ ਆਇਆ ਹੋਇਆ ਸੀਗਾ ਅਤੇ ਜਦੋਂ ਅਸੀਂ ਇਹਦੇ ਬਾਰੇ ਹੋਰ ਪਤਾ ਕੀਤਾ ਅਤੇ ਇਹ ਇੱਥੇ ਫਰਾਰ ਹੋ ਗਿਆ ਹੋਇਆ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਅਤੇ ਇਹਦਾ ਇੱਕ ਛੋਟਾ ਬੱਚਾ 4 ਸਾਲ ਦਾ ਅਤੇ ਬਾਕੀ ਲਾਸ਼ ਨੂੰ ਆਪਾਂ ਟਾਈਮਲੀ ਹੋਸਪਿਟਲ 'ਚ ਪਹੁੰਚਾ ਦਿੱਤਾ ਵਾ ਅਤੇ ਉਹਦਾ ਪੋਸਟਮਾਰਟਮ ਚੱਲ ਰਿਹਾ ਅਤੇ ਕੀ ਮਾਮਲਾ ਦਰਜ ਕੀਤਾ ਗਿਆ ਮਾਮਲਾ ਆਪਾਂ ਇਹਦੇ 'ਤੇ ਧਾਰਾ 302 ਆਈ ਪੀ ਸੀ ਅਤੇ ਇਹਦਾ ਐੱਫ ਆਈ ਆਰ ਨੰਬਰ 135 ਸਰ ਮ੍ਰਿਤਕ ਦੀ ਉਮਰ ਕਿੰਨੀ ਜਿਹੜੀ ਮ੍ਰਿਤਕ ਦੀ ਉਮਰ ਜੋ ਫੈਮਿਲੀ ਨੇ ਦੱਸਿਆ ਹੁਣ ਤੱਕ ਕਰੀਬ 30-35 ਸਾਲ ਦੀ ਕੋਈ ਕਾਰਨ ਪਤਾ ਲੱਗਾ ਸਰ ਕਿਉਂ ਮਰ ਰਹੇ ਹੋਏ ਕਾਰਨ ਇਹਨਾਂ ਦਾ ਆਪਸੀ ਰੰਜਿਸ਼ ਲੱਗ ਰਹੀ ਹੈ ਕਿ ਜਿਹੜੀ ਉਹਦੀ ਪਤਨੀ ਸੀ ਸਿਮਰਨ ਕੌਰ ਉਹਦਾ ਕਿਸੇ ਬੰਟੀ ਨਾਂ ਦੇ ਬੰਦੇ ਨਾਲ ਵੀ ਅਫੇਅਰ ਚੱਲ ਰਿਹਾ ਸੀ ਉਸ ਤੋਂ ਕੁਛ ਇਹਨਾਂ ਦਾ ਆਪਸ ਵਿੱਚ ਕਨਫਲਿਕਟ ਸੀ ਉਹਦੇ ਕਰਕੇ ਮਤਲਬ ਦਿੱਤਾ ਓਕੇ ਅੱਛਾ ਸਰ ਪੰਡਿਤ ਐਮ ਕੇ ਸ਼ਰਮਾ ਫੀਸ ਨਹੀਂ ਇਨਾਮ ਲਵਾਂਗਾ ਧੋਖਾ ਨਹੀਂ ਕੰਮ ਕਰਾਂਗਾ ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ ਪੰਡਿਤ ਐਮ ਕੇ ਸ਼ਰਮਾ ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ 'ਚ ਰੁਕਾਵਟ ਮਾਤਾ ਪਿਤਾ ਨੂੰ ਮਨਾਉਣਾ ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ ਕਰੋ ਸੰਪਰਕ 97793995956